ਤੁਹਾਡੇ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਦਾ ਹਾਂ ਜਿਸ ਦਾ ਨਾਂ ਹੈ ਇੱਕ ਸੀ ਬਾਰਾਂ ਸਿੰਘਾਂ। ਇਹ ਕਹਾਣੀ ਇੱਕ ਬਾਰੇ ਸਿੰਘੇ ਦੀ ਹੈ। ਬਹੁਤੇ ਸਿੰਘ ਹੋਣ ਕਰਕੇ ਹੀਰ ਤਾਂ ਇਸ ਹਿਰਨ ਵਰਗੇ ਜਾਨਵਰ ਨੂੰ ਬਾਰਾਂ ਸਿੰਘਾਂ ਕਹਿੰਦੇ ਹਨ। ਕਿੰਨੇ ਸੋਹਣੇ ਕਿੰਨੇ ਮਜ਼ਬੂਤ ਸਿੰਘ ਹੁੰਦੇ ਹਨ। ਬਾਰਾਂ ਸਿੰਘਾਂ ਦੇ ਦਰਖਤ ਦੀਆਂ ਟਾਹਣੀਆਂ ਜਾਏ ਇੱਕ ਜੰਗਲ ਵਿੱਚ ਇੱਕ ਬਾਰਾਂ ਸਿੰਘਾਂ ਰਹਿੰਦਾ ਸੀ। ਬਾਰਾਂ ਸਿੰਘਾਂ ਨੂੰ ਆਪਣੇ ਸਿੰਘਾਂ 'ਤੇ ਬੜਾ ਮਾਣ ਸੀ। ਪਰ ਜਦ ਵੀ ਉਹ ਜੰਗਲ ਵਿੱਚ ਤਲਾਅ ਦੇ ਕੱਢੇ ਜਾਂਦਾ ਤਾਂ ਆਪਣੀਆਂ ਲੰਬੀਆਂ ਪਤਲੀਆਂ ਲੱਤਾਂ ਨੂੰ ਝੁੱਟਦਾ ਰਹਿੰਦਾ, ਸਿੰਘਾਂ ਨੂੰ ਸਲਾਉਂਦਾ ਅਤੇ ਲੱਤਾਂ ਨੂੰ ਕੋਸਦਾ, ਰੱਬ ਅੱਗੇ ਗਿਲਾ ਕਰਦਾ, ਕਾਸ਼ ਇਹ ਲੱਤਾਂ ਵੀ ਮੇਰੇ ਸਿੰਘਾਂ ਵਰਗੀਆਂ ਸੋਹਣੀਆਂ ਅਤੇ ਸ਼ਾਨ ਵਾਲੀਆਂ ਹੁੰਦੀਆਂ। ਇੱਕ ਦਿਨ ਬਾਰਾਂ ਸਿੰਘਾਂ ਜਦੋਂ ਇਹਨਾਂ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਤਾਂ ਕੁਛ ਸ਼ਿਕਾਰੀ ਕੁੱਤੇ ਉੱਪਰ ਆ ਨਿਕਲੇ। ਕੁੱਤਿਆਂ ਤੋਂ ਬਚਣ ਲਈ ਬਾਰਾਂ ਸਿੰਘਾਂ ਪੂਰੀ ਜਾਨ ਲਗਾ ਕੇ ਜੰਗਲ ਵਿੱਚ ਦੌੜ ਪਿਆ। ਉਸਦੇ ਬਲਸ਼ਾਲੀ ਸੋਹਣੇ ਸਿੰਘ ਦਰਖਤਾਂ ਵਿੱਚ ਫਸਣ ਲੱਗੇ, ਪਰ ਪਤਲੀਆਂ ਪੱਦੀਆਂ ਲੱਤਾਂ ਨਾਲ ਉਹ ਦੌੜਦਾ ਰਿਹਾ। ਜੰਗਲ ਹੋਰ ਸੋਹਣਾ ਹੁੰਦਾ ਜਾ ਰਿਹਾ ਸੀ। ਸਿੰਘ ਪੂਰੀ ਤਰ੍ਹਾਂ ਨਾਲ ਇੱਕ ਝਾੜੀ ਵਿੱਚ ਉਲਝ ਗਏ। ਸ਼ਿਕਾਰੀ ਕੁੱਤਿਆਂ ਨੇ ਬਾਰਾਂ ਸਿੰਘਾਂ ਨੂੰ ਘੇਰ ਲਿਆ। ਬਾਰਾਂ ਸਿੰਘਾਂ ਸਮਝ ਗਿਆ ਸੀ ਕਿ ਉਸ ਦੇ ਸਿੰਘਾਂ ਕਾਰਨ ਅੱਜ ਉਸ ਦੀ ਜਾਨ ਚਲੀ ਜਾਣੀ ਹੈ। ਪਰ ਹੁਣ ਤਾਂ ਪਛਤਾਉਣ ਦਾ ਸਮੇਂ ਵੀ ਨਹੀਂ ਸੀ ਰਿਹਾ। ਸ਼ਿਕਾਰੀ ਕੁੱਤਿਆਂ ਨੇ ਆਪਣਾ ਸ਼ਿਕਾਰ ਮਾਰ ਲਿਆ। ਧੰਨਵਾਦ।